ਹਾਂਜੀ ਮਿੱਤਰੋ, ਪੰਮਾ ਦੁਬਾਰੇ ਬੋਲ ਪਿਆ ਵਾਰਨਿੰਗ ਟੂ ਮੂਵੀ ਦੇ ਟੀਜ਼ਰ ਨਾਲ। ਟੀਜ਼ਰ ਰਿਲੀਜ਼ ਹੁੰਦਿਆਂ ਹੀ ਟ੍ਰੈਂਡਿੰਗ ਨੰਬਰ 1 ਤੇ ਚੱਲ ਰਿਹਾ। ਜਿਵੇਂ ਮਿੱਤਰੋ, ਵਾਰਨਿੰਗ ਮੂਵੀ ਦਾ ਪਿਛਲਾ ਪਾਰਟ ਗੇਜੇ ਤੋਂ ਖਤਮ ਹੋਇਆ ਸੀ ਤੇ ਹੁਣ ਗੇਜੇ ਤੋਂ ਹੀ ਪਾਰਟ ਸ਼ੁਰੂ ਹੋਊਗਾ। ਇਸ ਮੂਵੀ ਦੀ ਸਟੋਰੀ ਜੇਲ੍ਹ ਵਿੱਚੋਂ ਚੱਲਦੀ ਦਿਖਾਈ ਦੇ ਰਹੀ ਆ। ਟੀਜ਼ਰ ਤੋਂ ਪਤਾ ਲੱਗਿਆ ਗੇਜਾ ਐਂਡ ਪੰਮਾ ਇੱਕੋ ਹੀ ਜੇਲ੍ਹ 'ਚ ਬੰਦ ਦਿਖਾਈ ਗਏ ਨੇ। ਪਿਛਲੇ ਪਾਰਟ 'ਚ ਗੇਜੇ ਦੇ ਹੱਥੋਂ ਪੰਮਾ ਬਚ ਗਿਆ ਸੀ ਤੇ ਇਸ ਵਾਰ ਦੇਖੋ ਕੀ ਬਣਦਾ। ਐਂਡ ਫਿਲਮ 'ਚ ਬਾਲੀਵੁੱਡ ਸੁਪਰ ਸਟਾਰ ਰਾਹੁਲ ਦੇਵ ਦੇਖਣ ਨੂੰ ਮਿਲਣਗੇ, ਜੋ ਕਿ ਪੁਲਿਸ ਇੰਸਪੈਕਟਰ ਦਾ ਰੋਲ ਕਰਦੇ ਨਜ਼ਰ ਆਉਣਗੇ ਤੇ ਫਿਲਮ ਨੂੰ ਖੁਦ ਗਿੱਪੀ ਗਰੇਵਾਲ ਨੇ ਰਾਈਟ ਕਰਿਆ। ਦੇਖੋ ਸਟੋਰੀ ਕਿਵੇਂ ਦੀ ਹੋਊਗੀ। ਹਲੇ ਤੱਕ ਤਾਂ ਗਿੱਪੀ ਗਰੇਵਾਲ ਬਹੁਤ ਹੀ ਜ਼ਬਰਦਸਤ ਫਿਲਮਾਂ ਲੈ ਕੇ ਆ ਰਹੇ ਨੇ। ਉਮੀਦ ਹੈ ਕਿ ਸਾਨੂੰ ਇਸ ਮੂਵੀ 'ਚ ਵੀ ਕੁਝ ਅਲੱਗ ਦੇਖਣ ਨੂੰ ਮਿਲੂਗਾ। ਕੌਣ ਕੌਣ ਇਸ ਮੂਵੀ ਲਈ ਬਹੁਤ ਵੇਟ ਕਰ ਰਹੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ।